ਗੁਰਬਾਣੀ ਵਿੱਚ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀਂ। ਇੱਕੋ ਸ਼ਬਦ ਦੀ ਉਦਾਹਰਣ ਲਈ ਜਾਂਦੇ ਆ, ਮਾਸ ਮਾਸ ਕਰ ਮੂਰਖ ਝਾਗੇ। ਚਲੋ ਮੈਂ ਸਪਸ਼ਟੀ ਕਰਦੇ ਹਾਂ ਹੁਣ, ਮਾਸ ਮਾਸ ਕਰ ਮੂਰਖ ਝਗਰੇ, ਹਰ ਸ਼ਬਦ ਦਾ ਸਿਧਾਂਤ ਉਹਦੇ ਵਿੱਚ ਹੀ ਹੁੰਦਾ, ਇਹ ਪੰਕਤੀਆਂ ਉਹਦੇ ਵਿੱਚ ਹੀ ਹੈ ਨਾ। ਆ ਭੱਖ ਭੱਖ ਹੈ ਭੱਖ ਤਜ ਛੋਡਾ, ਅੰਧ ਗੁਰੂ ਜਿਨ ਕੇਰਾ। ਭੱਖ ਹੁੰਦਾ ਨਾ ਖਾਣ ਵਾਲੀ ਵਸਤੂ, ਭੱਖ ਹੁੰਦਾ ਖਾਣ ਵਾਲੀ ਵਸਤੂ। ਕਹਿੰਦੇ ਜਿਹੜੀਆਂ ਨਾ ਖਾਣ ਯੋਗ ਵਸਤੂਆਂ ਬੰਦਾ ਉਹ ਖਾਂਦਾ ਅਤੇ ਨਾ ਧਰਮ ਦਾ ਲਾਉਂਦਾ, ਵੀ ਇਹ ਧਰਮ ਦੇ ਕਰਮ ਹੈ। ਭਗਵਾਨ ਕ੍ਰਿਸ਼ਨ ਨੂੰ ਪੁੱਛਿਆ ਇੱਕ ਵਾਰੀ ਕਿਸੇ ਨੇ ਕਿ ਭਗਵਾਨ, ਜੀਵ ਹੱਤਿਆ ਜਿਹੜੇ ਲੋਕ ਕਰਦੇ ਆ ਉਹਨਾਂ ਬਾਬਤ ਸਾਨੂੰ ਦੱਸੋ। ਭਗਵਾਨ ਨੇ ਬਹੁਤ ਸੁੰਦਰ ਉੱਤਰ ਦਿੱਤਾ। ਅਵਤਾਰੀ ਮਹਾਂਪੁਰਸ਼ ਦੁਨੀਆਂ ਨੂੰ ਸਿੱਧੇ ਰਸਤੇ ਪਾਉਂਦੇ ਆ। ਕਹਿੰਦੇ ਭਾਈ, ਕਿਸੇ ਦਾ ਮਾਸ ਖਾਣ ਤੋਂ ਪਹਿਲਾਂ ਨਾ ਤੁਸੀਂ ਆਪਣਾ ਮਾਸ ਕਟਾ ਕੇ ਦੇਖੋ, ਤੁਹਾਨੂੰ ਤਕਲੀਫ ਹੁੰਦੀ ਹੈ? ਭਗਵਾਨ ਨੇ ਕਿੰਨੀ ਸੋਹਣੀ ਉਦਾਹਰਨ ਦਿੱਤੀ। ਕਹਿੰਦੇ ਤੇਰਾ ਕੋਈ ਮਾਸ ਕੱਟੇ ਤੈਨੂੰ ਤਕਲੀਫ ਹੋਊਗੀ? ਤੇਰਾ ਗਲਾ ਕੱਟ ਦੇਵੇ ਤੂੰ ਕਟਾਵੇਂਗਾ, ਤੂੰ ਆਪਣੀ ਜਾਨ 100 ਥਾਂ ਵੀ ਭੱਜ ਕੇ ਬਚਾਵੇਂਗਾ। ਭਾਵ ਉਹਦੀ ਆਤਮਾ ਨੂੰ ਦਰਦ ਹੋ ਰਿਹਾ। ਜੇ ਤੇਰੀ ਆਤਮਾ ਦੁਖੀ ਹੈ ਤਾਂ ਜਿਹਨੂੰ ਤੂੰ ਮਾਰ ਰਿਹਾ ਉਹ ਆਪਣੀ ਜਾਨ ਬਚਾਉਣ ਲਈ ਕਦੇ ਕਿਤੇ ਭੱਜਦਾ। ਕਿਸੇ ਜੀਵ ਦੀ ਆਤਮਾ ਨੂੰ ਤੜਫਾ ਕੇ ਦੁੱਖ ਦੇ ਕੇ ਮਾਰ ਕੇ ਆਪਣਾ ਹਾਰ ਬਣਾਉਣਾ, ਇਹ ਸਭ ਤੋਂ ਵੱਡਾ ਪਾਪ। ਭਗਵਾਨ ਨੇ ਉੱਤਰ ਦਿੱਤਾ। ਸੋ ਇਸ ਕਰਕੇ ਸਾਧ ਸੰਗਤ ਜੀ, ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਅਭੱਖ ਭੱਖ ਹੈ, ਇਸੇ ਸ਼ਬਦ ਵਿੱਚ ਅਭੱਖ ਤਜ ਛੋਡਾ ਅੰਧ ਗੁਰੂ ਜਿਨ ਕੇ। ਫਿਰ ਅਖੀਰ 'ਤੇ ਕਹਿੰਦੇ ਇਹ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹਿ ਵਿਚਾਰਾ, ਜਿਹਨੇ ਇਹ ਰਸ ਸਾਰੇ ਛੱਡ ਦਿੱਤੇ ਮਾਸ ਖਾਣ ਸਮੇਤ। ਸਾਡੀ ਖੁਰਾਕ ਮਾਸ ਨਹੀਂ ਹੈ, ਸਾਡੀ ਖੁਰਾਕ ਹੈ ਸਾਧ ਸੰਗਤ ਜੀ 36 ਪ੍ਰਕਾਰ ਦੇ ਭੋਜਨ। ਗੁਰਬਾਣੀ ਵਿੱਚ ਮਹਾਰਾਜ ਕੀ ਕਹਿੰਦੇ ਆ ਸਾਨੂੰ, ਬਾਰ ਬਾਰ ਕੀ ਕਹਿੰਦੇ ਆ ਕਿ ਭਾਈ, ਜੀਵਨ ਦੇ ਵਿੱਚ ਕਦੇ ਵੀ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇੱਥੇ ਰਸ ਸਰੀਰ ਕੇ ਕਹਿ ਘਟਨਾਮ ਨਿਵਾਸ। ਗੁਰੂ ਨਾਨਕ ਸਾਹਿਬ ਕਹਿ ਰਹੇ ਆ, ਜੇ ਸੋਨੇ ਦਾ ਰਸ ਹੈ, ਚਾਂਦੀ ਦਾ ਰਸ ਹੈ, ਸੁੰਦਰ ਇਸਤਰੀਆਂ ਦਾ ਵਿਸ਼ੇ ਸੁੱਖ ਭੋਗਣ ਦਾ ਤੇਰੇ ਅੰਦਰ ਰਸ ਹੈ, ਦੁਨੀਆਂ ਦੇ ਸੁੱਖ ਭੋਗਣ ਦਾ ਰਸ ਹੈ, ਮਾਸ ਖਾਣ ਦਾ ਤੇਰੇ ਅੰਦਰ ਜੇ ਰਸ ਲਾਲਸਾ ਹੈ, ਵੀ ਜੇ ਤੂੰ ਮਾਸ ਖਾਣਾ ਚਾਹੁੰਦਾ ਔਰ ਤੂੰ ਦੁਨੀਆਂ ਦੇ ਪਦਾਰਥ ਭੋਗਣ ਦਾ ਰਸ ਮਿੱਠੇ ਰਸ ਛੱਡ ਕੇ ਤੂੰ ਇਹਨਾਂ ਦਾ ਤਿਆਗ ਨਹੀਂ ਕਰ ਸਕਦਾ, ਤੇਰੇ ਹਿਰਦੇ 'ਚ ਕਦੇ ਨਾਮ ਨਹੀਂ ਵਸੇਗਾ ਪ੍ਰਭੂ ਦਾ, ਤੂੰ ਨਾਮ ਤੋਂ ਵਾਂਝਾ ਰਹਿ ਜਾਏਗਾ। ਮਹਾਂਪੁਰਖ ਬਾਬਾ ਮਿਤ ਸਿੰਘ ਜੀ, ਮਾਤਾ ਸਾਹਿਬ ਦੇਵ ਕੌਰ ਸਾਹਿਬ ਜੀ, ਸਾਰੀ ਜ਼ਿੰਦਗੀ ਵੈਸ਼ਨੂੰ ਬਿਰਤੀ ਰਹੀ, ਕਦੇ ਮਾਸ ਨੂੰ ਹੱਥ ਵੀ ਨਹੀਂ ਲਾਇਆ। ਸਾਧ ਸਿੰਘ ਜੀ ਬਾਬਾ ਗੁਰਮੁਖ ਸਿੰਘ ਜੀ, ਬਾਬਾ ਬਕਾਲਾ ਸਾਹਿਬ ਵਾਲੇ, ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਨੂੰ, ਸੰਤ ਬਾਬਾ ਜਵਾਲਾ ਸਿੰਘ ਜੀ ਨੇ ਕਿਹਾ ਜਦੋਂ ਉਹਨਾਂ ਦੀ ਸੰਗਤ ਕੀਤੀ, ਕਹਿੰਦੇ ਭਾਈ ਦਇਆ ਸਿੰਘਾ ਕਦੇ ਮਾਸ ਦਾ ਸੇਵਨ ਨਾ ਕਰੀ।